ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਅਲੱਗ-ਅਲੱਗ ਜਿਹੜੇ ਟਰਸਟਾਂ ਹੈਗੇ ਆ ਉਹਨਾਂ ਦੇ ਚੇਅਰਮੈਨ ਜਿਹੜੇ ਨਿਯੁਕਤ ਕੀਤੇ ਗਏ ਜਨਦਰ ਇੰਪਰੂਵਮੈਂਟ ਟਰਸਟ ਚੇਅਰਮੈਨ ਆਪਣਾ ਕਾਰਜਕਾਰ ਸੰਭਾਲ ਲਿਆ ਹੈ ਅੱਜ ਅਸੀਂ ਮੌਜੂਦ ਹਾਂ ਉਹਨਾਂ ਦੇ ਨਾਲ ਇਹ ਜੋ ਕਹਾਣੀਆਂ ਜਾਂ ਜੋ ਤੁਸੀਂ ਕਹਿੰਨੇ ਆਂ ਪਜੋ ਇੱਥੇ ਭ੍ਰਿਸ਼ਟਾਚਾਰ ਬਹੁਤ ਸਕੇ ਜਾਂ ਕਿਦਾਂ ਉਹ ਤਾਂ ਸਾਰੇ ਵਿਭਾਗਾਂ ਦਾ ਮਾਮਲਾ ਹੁੰਦੀ ਜੀ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਸੀਗਾ ਤੇ ਇਹ ਇੱਕ ਤਰ੍ਹਾਂ ਨਾਲ ਇਹਨੂੰ ਲੀਗਲ ਜੈ ਬਣਾਪਤਾ ਸੀ ਘਰਵੈਤੀ ਪਾਰ ਭ੍ਰਿਸ਼ਟ ਸਰਕਾਰ ਦੇ ਵਿੱਚ ਕਹਿ ਸਕਦੇ ਆਂ ਜੀ ਭ੍ਰਿਸ਼ਟਾਚਾਰ ਦੇ ਅੰਦਰ ਪੂਰੀ ਤਰ੍ਹਾਂ ਜਿਹੜੇ ਉਹ ਸਰੋਵਰ ਹੋ ਚੁੱਕੇ ਸੀ ਉਹਨਾਂ ਨੂੰ ਹੁਣ ਇੱਕ ਤਰੀਕੇ ਦੇ ਨਾਲ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਨੰਬਰ ਕਿਸੇ ਵੀ ਵੇਲੇ ਵੀ ਲੱਗ ਸਕਦਾ ਹੈ ਮੈਂ ਜੱਟ ਦਾ ਪੁੱਤ ਐ ਜੀ ਮੈਂ ਪਰ ਮੈਂ ਜੱਟਾਂ ਦੀ ਵਰਕ ਨਹੀਂ ਮਾਰਦਾ ਮੈਂ ਕਾਰਵਾਈ ਕਰੂੰਗਾ ਮਤਲਬ ਐਕਸ਼ਨ ਬੋਲੇਗਾ ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਤੁਸੀਂ ਵੀ ਕਿਹਾ ਕਿ ਰਿਸ਼ਵਤ ਖਰੀ ਹੈ ਉਹਦੇ ਬਾਰੇ ਇੱਕੋ ਹੀ ਲੱਗ ਜਾਏ ਕਿ ਜ਼ੀਰੋ ਟਾਲਰੈਂਸ ਜਿੱਦਾਂ ਮੈਨੂੰ ਕਾਫੀ ਲੋਕ ਹੁਣ ਵੀ ਆ ਕੇ ਕਹਿੰਦੇ ਨੇ ਪੇ ਸਰ ਤੁਸੀਂ ਇੱਥੇ ਕੁਛ ਨਾ ਕੁਛ ਜ਼ਰੂਰ ਕਰਿਓ ਇੱਥੇ ਲੋਕ ਪੈਸੇ ਖਰਚ ਕੇ ਲੱਗਦੇ ਰਹੇ ਨੇ ਜੀ ਤੇ ਇਹ ਇਮਾਨਦਾਰ ਸਰਕਾਰ ਹੈ ਸਾਨੂੰ ਪਤਾ ਨਾ ਤੁਸੀਂ ਪੈਸੇ ਖਰਚ ਕੇ ਲੱਗੇ ਹੋ ਨਾ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ ਭ੍ਰਿਸ਼ਟਾਚਾਰ ਰੋਕਣ ਦੀ ਗੱਲ ਕਰਦੇ ਸੀ ਪਹਿਲਾਂ ਜਦੋਂ ਅਸੀਂ ਅਪੀਸ਼ਨ ਸੀਗੇ ਹੁਣ ਤਾਂ ਭ੍ਰਿਸ਼ਟਾਚਾਰ ਦੀ ਰੋਕ ਥਾਮ ਲਈ ਬਕਾਇਦਾ ਕਾਰਵੇ ਸ਼ੁਰੂ ਕਰਤੀ ਹੈ ਤੁਹਾਡੇ ਸਾਹਮਣੇ ਇੱਕ ਤੁਹਾਨੂੰ ਪਤਾ ਹੀ ਹੈ ਕਿ ਸਾਬਕਾ ਮੰਤਰੀ ਸਾਹਿਬ ਬੜਾ ਵੱਡਾ ਪੈਸਾ ਦਾ ਬੈਗ ਭਰ ਕੇ ਲੈ ਕੇ ਆਏ ਸੀ ਜੀ ਪੇ 50 ਲੱਖ ਲੈ ਲਓ ਮੇਰਾ ਨਾਂ ਕੱਢ ਦਿਓ ਜੀ ਤਬੀਲ ਨੇ ਚੜ੍ਹਨ ਕਿਹਾ ਜੀ ਲੰਘਿਆ ਹੋ ਹੁਣ ਤੁਸੀਂ ਵਾਪਸ ਨਹੀਂ ਜਾ ਸਕਦੇ 50 ਲੱਖ ਵੀ ਸਰਕਾਰ ਦੇ ਹੋ ਗਏ ਕਾਸਟ ਆਫਿਸ ਦਫਤਰ ਦੀ ਗੱਲ ਕਰੀਏ ਤੇ ਵੀ ਜਨਤਾ ਦਾ ਕਹਿਣਾ ਹੈ ਕਿ ਜਦੋਂ ਇੱਥੇ ਆਂਦੇ ਨੇ ਤੇ ਇਹਨਾਂ ਨੂੰ ਅਧਿਕਾਰੀ ਨਹੀਂ ਮਿਲਦੇ ਦਫਤਰਾਂ 'ਚ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸੌਰੀ ਮੈਂ ਕਿਸ ਦੀ ਗੱਲ ਕੱਟਦਾ ਨਹੀਂ ਹੁੰਦਾ ਜਸਟ ਇਸ ਕਰਕੇ ਕਿ ਕਿ ਪੇ ਥੋੜਾ ਟਾਈਮ ਲੱਗੇ ਜੀ ਉਹ ਮੇਰੇ ਖਿਆਲ 'ਚ ਤਾਂ ਗੱਲ ਖਤਮ ਹੋ ਗਈ ਆ ਨਹੀਂ ਤਾਂ ਇਹ ਜਿਹੜੀ ਐਰੋਗੈਂਸ ਹੈ ਜਾਂ ਇਹ ਗੁੰਡਾਗਰਦੀ ਮੈਂ ਤਾਂ ਕਹੂੰਗਾ ਕਿ ਲੋਕਾਂ ਦੇ ਨੌਕਰਾਂ ਸੀ ਤੇ ਲੋਕਾਂ ਨੂੰ ਅਸੀਂ ਮਿਲਦੇ ਹੀ ਨਹੀਂ ਜਾਂ ਉਹਨਾਂ ਨੇ ਬਿਹੇਜ ਨਹੀਂ ਕੀ ਕਰਦੇ ਇਹ ਗੁੰਡਾਗਰਦੀ ਮੇਰੇ ਖਿਆਲ 'ਚ ਤਾਂ 14 ਤਰੀਕ ਤੋਂ ਆਪਣੇ ਆਪ ਹੀ ਸਾਰਿਆਂ ਨੂੰ ਬੰਦ ਕਰ ਦੇਣੀ ਚਾਹੀਦੀ ਸੀਗੀ ਜਿਹੜੇ ਬੰਦਿਆਂ ਨੇ ਇਰੈਗੂਲੈਟਿਜ਼ ਕੀਤੀਆਂ ਆ ਉਹਨਾਂ ਦੇ ਵਿਰੁੱਧ ਵੀ ਚੱਲ ਰਿਹਾ ਆ ਤੇ ਨਾਲ ਕੰਜ਼ਿਊਮਰ ਬੈਸੀ ਸਫਰ ਕਰ ਰਿਹਾ ਆ ਸੋ ਵਿਜਿਲੈਂਸ ਦੇ ਕੇਸਾਂ ਦਾ ਵੀ ਮੈਂ ਸੀਨੀਅਰ ਅਫੀਸ਼ਰਜ਼ ਨੂੰ ਮਿਲ ਕੇ ਉਹਨਾਂ ਦਾ ਨਿਪਟਾਰਾ ਕਰਾਊਗਾ ਕਿ ਜਿਹਨੇ ਜੇਲ੍ਹ ਜਾਣਾ ਜੇਲ੍ਹ ਜਾਵੇ ਹੈਂ ਜੀ ਜੇ ਦੀ ਕੋਈ ਛੋਟੀ ਮੋਟੀ ਗਲਤੀ ਆ ਉਹਨੂੰ ਉਸ ਹਿਸਾਬ ਨਾਲ ਉਹਦਾ ਨਿਪਟਾਰਾ ਹੋਵੇ ਮੈਂ ਟੱਚ ਬੁਡ ਅਜੇ ਤੱਕ ਕੁਦਰਤ ਦੀ ਮੇਹਰ ਨਾਲ ਮੈਂ ਕਦੀ ਫੇਰ ਨਹੀਂ ਹੋਇਆ ਤੇ ਮੈਨੂੰ ਲੱਗਦਾ ਮੈਂ ਹੁਣ ਵੀ ਫੇਲ ਨਹੀਂ ਹੋਊਗਾ ਸਸਿਕਾਲ ਦੋਸਤੋ ਮੈਂ ਹਾ ਕੁਮਾਰ ਅਮਿਤ ਸਵਾਗਤ ਹੈ ਤੁਹਾਡਾ ਹੌਟ ਨਿਊਜ਼ ਇੰਡੀਆ ਚ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਥੰਪਿੰਗ ਮੈਜੋਰਟੀ ਦੇ ਨਾਲ ਇਹ ਸਰਕਾਰ ਆਈ ਜਿਹਦੇ ਚ 92 ਐਮਐਲਏ ਜਿੱਤ ਕੇ ਆਏ ਔਰ ਪੰਜਾਬ ਦੀ ਜਨਤਾ ਨੇ ਜਿਹੜਾ ਆਪਣਾ ਮੰਡੇਟ ਦਿੱਤਾ ਉਹ ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਦਰਕਿਨਾਰ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਚੋਣ ਕੀਤਾ ਕਿਉਂ ਕਿ ਆਮ ਜਨਤਾ ਦਾ ਮੰਨਣਾ ਸੀ ਕਿ ਸਾਨੂੰ ਜਿਹੜੀਆਂ ਔਕੜਾਂ ਆ ਰਹੀਆਂ ہیں ਪਰੇਸ਼ਾਨੀਆਂ ਆ ਰਹੀਆਂ ہیں ਜਿਹੜੇ ਵਿਕਾਸ ਕਾਰਜ ਜਿਹੜੇ ਰੁਕੇ ਹੋਏ ਨੇ ਉਹ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਉਹ ਵਧਣਗੇ ਔਰ ਲੋਕਾਂ ਨੂੰ ਰਾਹਤ ਮਿਲੇਗੀ ਗੱਲ ਕਰੀਏ ਜਲੰਧਰ ਇੰਪਰੂਵਮੈਂਟ ٹرسٹ ਦੀ ਤਾਂ ਪੰਜਾਬ ਦੇ ਵਿੱਚ ਆਪਣੇ ਆਪ ਚ ਇੱਕ ਬਹੁਤ ਵੱਡਾ ٹرسٹ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਜੇ ਮੈਂ ਕੁਝ ਕਹਾਂ ਤਾਂ ਪਿਛਲੇ ਕੁਝ ਦਸ਼ਕਾਂ ਤੋਂ ਹੀ ਇਹਦਾ ਵਿਵਾਦਾ ਦੇ ਨਾਲ ਚੋਲੀ ਦਾ ਮੰਦਾ ਸਾਥ ਬਣਿਆ ਹੋਇਆ ਹੈ ਬਹੁਤ ਸਾਰੇ ਚੇਅਰਮੈਨ ਆਏ ਪਰ ਕਿਤਨਾ ਕਿਤੇ ਚੇਅਰਮੈਨ ਦਾ ਟਿਨਿਓਰ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਉੱਪਰ aarop pratyarop ਲੱਗਦੇ ਰਹੇ ਭ੍ਰਸ਼ਟਾਚਾਰ ਇੱਕ ਬਹੁਤ ਵੱਡਾ ਮੁੱਦਾ ਰਿਹਾ ਜਲੰਧਰ ਦੀ ਜਨਤਾ ਬਹੁਰੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਵੀ आम आदमी पार्टी ਵੱਲੋਂ ਜਿਹੜੇ ਚੇਅਰਮੈਨਸ ਨੇ ਉਹ ਪਾਇੰਟ ਕੀਤੇ ਜਾਣ ਸੋ ਥੈਟ ਕਿ ਜਿਹੜੇ ਜਨਤਾ ਦੇ ਰੁਕੇ ਹੋਏ ਕੰਮ ਨੇ ਜਿਹੜੇ ਜਨਤਾ ਦੀ ਪਰੇਸ਼ਾਨੀਆਂ ਹਨ ਉਹਨਾਂ ਦਾ ਹੱਲ ਹੋ ਸਕੇ ਹਾਲੀ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਅਲੱਗ-ਅਲੱਗ ਜਿਹੜੇ ਟਰਸਟਾਂ ਹੈਗੀਆਂ ਉਹਨਾਂ ਦੇ ਚੇਅਰਮੈਨ ਜਿਹੜੇ ਨਿਯੁਕਤ ਕੀਤੇ ਗਏ ਮੌਜੂਦਾ ਸਮੇਂ ਦੇ ਵਿੱਚ ਜਲੰਧਰ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਹੋਣਾ ਨੇ ਬਤੌਰ ਜਲੰਧਰ ਇੰਪਰੂਵਮੈਂਟ ਟ੍ਰਸਟ ਚੇਅਰਮੈਨ ਆਪਣਾ ਕਾਰਜਕਾਰ ਸੰਭਾਲ ਲਿਆ ਹੈ ਅੱਜ ਅਸੀਂ ਮੌਜੂਦ ਹਾਂ ਉਹਨਾਂ ਦੇ ਨਾਲ ਔਰ ਗੱਲ ਕਰਾਂਗੇ ਉਹਨਾਂ ਦੇ ਨਾਲ ਔਰ ਜਾਣਾਂਗੇ ਵੀ ਇਹਨਾਂ ਦਾ ਲਾਈਨ ਆਫ ਐਕਸ਼ਨ ਕੀ ਰਹੇਗਾ ਇਹਨਾਂ ਦਾ ਵਰਕਿੰਗ ਕਿਸ ਤਰੀਕੇ ਦੇ ਨਾਲ ਜਲੰਧਰ ਇੰਪਰੂਵਮੈਂਟ ਟ੍ਰਸਟ ਨੂੰ ਲੈ ਕੇ ਔਰ ਇੱਥੇ ਦੇ ਜਿਹੜੇ ਸੁਧਾਰ ਜਿਹੜੇ ਲੋਕ ਉਡੀਕ ਰਹੇ ਸੀਗੇ ਉਹਨਾਂ ਨੂੰ ਲੈ ਕੇ ਇਹ ਕੀ ਕਰਨਗੇ ਸਰ ਬਹੁਤ ਬਹੁਤ ਸਵਾਗਤ ਹੈ ਸਸਿਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੁਮਾਰ ਰਮਨ ਜੀ ਸਰ ਪਹਿਲੇ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਲੰਧਰ ਦੇ ਨਵੇਂ ਇੰਪਰੂਵਮੈਂਟਸ ਚੇਅਰਮੈਨ ਵੱਲੋਂ ਆਪਣਾ ਜਿਹੜਾ ਉੱਦਾ ਤੁਸੀਂ ਸੰਭਾਲਿਆ ਹੈਗਾ ਅ ਸਰ ਇੱਕ ਜਿਹੜਾ ਸਰ ਦਾ ਪਹਿਲਾ ਵੱਡਾ ਮੁੱਦਾ ਔਰ ਮੈਂ ਕਹਿੰਦਾ ਜੀ ਆਮ ਆਦਮੀ ਪਾਰਟੀ ਨੇ ਵੀ ਇਸ ਮੁੱਦੇ ਨੂੰ ਬੜੀ ਪ੍ਰਮੁਖਤਾ ਨਾਲ ਚੱਕਿਆ ਉਹ ਹੈਗਾ ਭ੍ਰਿਸ਼ਟਾਚਾਰ ਦਾ ਕ腐ਸ਼ਨ ਦਾ ਭਗਵੰਤ ਮਾਨ ਸਰਕਾਰ ਹੁਣਾਂ ਵੱਲੋਂ ਡੇ 1 ਤੋਂ ਇਹ ਕਿਹਾ ਜਾ ਰਿਹਾ ਹੈ ਵੀ ਅਸੀਂ ਭ੍ਰਿਸ਼ਟਾਚਾਰ ਜਿਹੜਾ ਸਰਕਾਰੀ ਜਿਹੜੇ ਮਹਿਕਮਿਆਂ 'ਚ ਅਸੀਂ ਉਹਨੂੰ ਜੜ੍ਹ ਤੋਂ ਖਤਮ ਕਰਾਂਗੇ ਔਰ ਬਹੁਤ ਵੱਡੀਆਂ ਕਾਰਵਾਈਆਂ ਵੀ ਆਮ ਆਦਮੀ ਪਾਰਟੀ ਵੱਲੋਂ ਹੋਈਆਂ ਜਿਹੜੀਆਂ ਕਿ ਆਪਣੇ ਆਪ ਚ ਐਗਜ਼ੈਂਪਲਰੀ ਸਾਬਤ ਹੋਈਆਂ ਹੈ। ਸਰ ਜਰੰਦਰ ਇੰਪਰੂਵਮੈਂਟ ٹرسٹ ਦੇ ਵਿੱਚ ਵੀ ਬੜੇ ਭ੍ਰਸ਼ਟਾਚਾਰ ਦੇ aarop ਲੱਗਦੇ ਰਹੇ ਨੇ ਤੇ ਬਹੁਤ ਜ਼ਿਆਦਾ ਵਿਵਾਦਾਂ ਦੇ ਵਿੱਚ ਏ ਘਿਰਿਆ ਰਿਹਾ ਜਰੰਦਰ ਦਾ ٹرسٹ ਤੇ ਤੁਸੀਂ ਵੀ ਇਹ ਇਨ੍ਹਾਂ ਚੀਜ਼ਾਂ ਤੋਂ ਜਾਣੂ ਹੋਵੋਗੇ ਤੇ ਕਿਸ ਤਰੀਕੇ ਨਾਲ ਸਰ ਤੁਸੀਂ ਕੀ ਲਾਈਨ ਆਫ ਐਕਸ਼ਨ ਸੋਚਿਆ ਜਾਂ ਕੀ ਕੁਝ ਇਦਾਂ ਦੀ ਕਾਰਗੁਜ਼ਾਰੀ ਤੁਸੀਂ ਸੋਚੀ ਹੈ ਵੀ ਜਿਹਦੇ ਨਾਲ ਇਹ ਜਿਹੜਾ ਭ੍ਰਸ਼ਟਾਚਾਰ ਹੈ ਜਿਹੜਾ ਜੁੜਿਆ ਹੋਇਆ ਜਰੰਦਰ ਇੰਪਰੂਵਮੈਂਟ ٹرسٹ ਨਾਲ ਸਰ ਉਹਨੂੰ ਜੜ ਤੋਂ ਮੁਕਾਇਆ ਜਾ ਸਕੇ ਮੁਬਾਰਕਾਂ ਲਈ ਕੁਮਾਰ ਅਮਰਜੀਤ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਲਾਈਨ ਆਫ ਐਕਸ਼ਨ ਉਹੀ ਹੈ ਜੋ ਪੰਜਾਬ ਸਰਕਾਰ ਦੀ ਲਾਈਨ ਆਫ ਐਕਸ਼ਨ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਜੀ ਤੇ ਗੱਲ ਤੁਹਾਡੀ ਸਹੀ ਹੈ ਕਿ ਬਹੁਤ ਮੈਜੋਰਟੀ ਨਾਲ ਲੋਕਾਂ ਨੇ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ ਤੇ ਤੇ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਵੀ ਪਹਿਲੀ ਵਾਰੀ ਇਮਾਨਦਾਰ ਨੇ ਇੰਡੀਆ ਦੀ ਇਯਾਦੀ ਦੀ ਤੋਂ ਬਾਅਦ ਦੀ ਹਿਸਟਰੀ ਵਿੱਚ ਤੇ ਮੰਤਰੀਆਂ ਤੇ ਵੀ ਕੋਈ ਦੋਸ਼ ਨਹੀਂ ਹੈ ਜੇ ਕਿਸੇ ਤੇ ਦੋਸ਼ ਲੱਗਦਾ ਤਾਂ ਅਸੀਂ ਉਹਨੂੰ ਫੜ ਕੇ ਬਾਹਰ ਦਾ ਰਸਤਾ ਦਿਖਾ ਦਿੰਨੇ ਆ ਕੱਲਾ ਭ੍ਰਿਸ਼ਟਾਚਾਰ ਰੋਕਣ ਦੀ ਗੱਲ ਕਰਦੇ ਸੀ ਪਹਿਲਾਂ ਜਦੋਂ ਅਸੀਂ ਐਪੁਏਸ਼ਨ ਸੀਗੇ ਹੁਣ ਤਾਂ ਭ੍ਰਿਸ਼ਟਾਚਾਰ ਦੀ ਰੋਕ ਥਾਮ ਲਈ ਬਕਾਇਦਾ ਕਾਰਵਾਈ ਸ਼ੁਰੂ ਕਰਤੀ ਹੈ ਤੁਹਾਡੇ ਸਾਹਮਣੇ ਇੱਕ ਤੁਹਾਨੂੰ ਪਤਾ ਹੀ ਹੈ ਕਿ ਸਾਬਕਾ ਮੰਤਰੀ ਸਾਹਿਬ ਬੜਾ ਵੱਡਾ ਪੈਸਿਆਂ ਦਾ ਬੈਗ ਭਰ ਕੇ ਲੈ ਕੇ ਆਏ ਸੀ ਜੀ ਪੇ 50 ਲੱਖ ਲੈ ਲਓ ਮੇਰਾ ਨਾਂ ਕੱਢ ਦਿਓ ਜੀ ਤਾਂ ਵੀ ਲੈਣ ਸੜਨ ਕਿਹਾ ਜੀ ਲੰਘ ਜਾਓ ਹੁਣ ਤੁਸੀਂ ਵਾਪਸ ਨਹੀਂ ਜਾ ਸਕਦੇ 50 ਲੱਖ ਵੀ ਸਰਕਾਰ ਦੇ ਹੋ ਗਏ ਤੁਸੀਂ ਵੀ ਸਾਡੇ ਮਹਿਮਾਨ ਹੋ ਤੁਹਾਨੂੰ ਪ੍ਰੋਸੀਕਿਊਟ ਕਰਾਂਗੇ ਤੁਹਾਡਾ ਸਾਰਾ ਕੁਝ ਇਨਕੁਆਇਰੀ ਕਰਾਂਗੇ ਕਿੰਨੇ ਪੈਸੇ ਆ ਤੁਹਾਡੇ ਕੋਲ ਕਿੱਥੋਂ ਆਏ ਕਿੱਥੇ ਕਿੱਥੇ ਭ੍ਰਿਸ਼ਟਾਚਾਰ ਮੈਂ ਕੀਤਾ ਜਿਹੜਾ ਤੁਸੀਂ ਆ ਕੈਸ਼ ਹੀ ਇੰਨਾ ਰਿਸ਼ਵਤ ਦੇਣ ਲਈ ਭਰੀ ਫਿਰਦੇ ਹੋ ਸੋ ਵਾਪਸ ਆਪਾਂ ਇੱਥੇ ਆ ਜਾਈਏ ਇੰਪਰੂਵਮੈਂਟ ਟਰਸਟ ਤੇ ਕਿ ਜੋ ਕਹਾਣੀਆਂ ਜਾਂ ਜੋ ਤੁਸੀਂ ਕਹਿੰਦੇ ਆ ਉਹ ਜੋ ਇੱਥੇ ਭ੍ਰਿਸ਼ਟਾਚਾਰ ਬਹੁਤ ਸਕੇ ਜਾਂ ਕਿਦਾਂ ਉਹ ਤਾਂ ਸਾਰੇ ਵਿਭਾਗਾਂ ਦਾ ਮਾਮਲਾ ਮਜੀ ਪੂਰੇ ਪੰਜਾਬ ਚ ਹੈ ਪੂਰੇ ਪੰਜਾਬ ਚ ਹੀ ਸਿਕਾ ਤੇ ਇਹ ਇੱਕ ਤਰ੍ਹਾਂ ਨਾਲ ਇਹਨੂੰ ਲੀਗਲ ਜੈ ਬਣਾ ਦਿੱਤਾ ਸਗਰ ਵੈਤੀ ਪਾਰਟੀਆਂ ਮਤਲਬ ਕਰਪਸ਼ਨ ਜਿਹੜੀ ਹੈ ਉਹ ਪੁਰਾਣੀਆਂ ਸਰਕਾਰਾਂ ਦੇ ਵਿੱਚ ਇੱਕ ਤਰ੍ਹਾਂ ਮਤਲਬ ਇਕ ਕਿ ਜਿਦਾ ਕਹਿੰਦੇ ਕਿ ਅਭੀ ਨੰਗ ਹੋ ਗਿਆ ਸੀ ਉਹਨਾਂ ਦਾ ਮਤਲਬ ਇੱਕ ਤਰ੍ਹਾਂ ਨਾਲ ਇਲੀਗੈਲਿਟੀ ਨਹੀਂ ਉਹ ਲੀਗਲ ਹੀ ਕਰਤਾ ਸੀਗਾ ਜਿੱਦਾਂ ਮੈਨੂੰ ਕਾਫੀ ਲੋਕ ਹੁਣ ਵੀ ਆ ਕੇ ਕਹਿੰਦੇ ਨੇ ਪੇ ਸਰ ਤੁਸੀਂ ਇੱਥੇ ਕੁਛ ਨਾ ਕੁਛ ਜ਼ਰੂਰ ਕਰਿਓ ਇੱਥੇ ਲੋਕ ਪੈਸੇ ਖਰਚ ਕੇ ਲੱਗਦੇ ਰਹੇ ਨੇ ਜੀ ਤੇ ਇਹ ਇਮਾਨਦਾਰ ਸਰਕਾਰਾ ਸਾਨੂੰ ਪਤਾ ਨਾ ਤੁਸੀਂ ਪੈਸੇ ਖਰਚ ਕੇ ਲੱਗੇ ਹੋ ਨਾ ਤੁਸੀਂ ਪੈਸੇ ਇਕੱਠੇ ਕਰਨੇ ਆ ਜੀ ਤੇ ਮੈਂ ਉਹਨੂੰ ਕਹਿਣਾ ਵੀ ਜੇ ਤੁਹਾਨੂੰ ਇਹ ਲੱਗਦਾ ਆ ਵੀ ਮੈਂ ਪੈਸੇ ਖਰਚ ਕੇ ਨਹੀਂ ਆਇਆ ਤੇ ਮੈਂ ਇਕੱਠੇ ਵੀ ਨਹੀਂ ਕਰਨੇ ਫਿਰ ਨੈਚੁਰਲੀ ਇੰਪਰੂਵਮੈਂਟ ٹرسٹ ਉੱਪਰ ਨੂੰ ਜਾਏਗਾ ਲੋਕਾਂ ਦਾ ਫਾਇਦਾ ਹੋਏਗਾ ਜੀ ਕੀ ਪਾਲਿਸੀ ਅਪਣਾਵਾਂਗੇ ਉਹੀ ਪਾਲਿਸੀ ਆ ਜੀ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਪਣਾਈ ਆ ਪੰਜਾਬ ਦੇ ਵਿੱਚ ਤੇ ਜੋ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਬਣਾਈ ਆ ਤੇ ਜੋ ਕੇਜਰੀਵਾਲ ਸਾਹਿਬ ਦਾ ਆਦੇਸ਼ ਹੈ ਕਿ ਰਿਸ਼ਵਤ ਖੋਰੀ ਬਾਰੇ ਜ਼ੀਰੋ ਟੋਲਰੈਂਸ ਹੈ ਜੀ ਸੋ ਉਸ ਤੋਂ ਬਾਅਦ ਬਾਕੀ ਗੱਲਾਂ ਉਸ ਤੋਂ ਬਾਅਦ ਸ਼ੁਰੂ ਹੁੰਨੀਆਂ ਆ ਕਿ ਇਸ ਨੂੰ ਕਰਜ਼ਮੁਕਤ ਕਿਸ ਤਰ੍ਹਾਂ ਕਰਨਾ ਆ ਤੇ ਲੋਕਾਂ ਦੇ ਜਿਹੜੇ ਕੰਜ਼ਿਊਮਰਸ ਦੀਆਂ ਕੰਪਲੇਂਟਸ ਆ ਉਹਨਾਂ ਦਾ ਕੀ ਕਰਨਾ ਬਾਕੀ ਸਾਰੇ ਜਿਹੜੇ ਮੁੱਦੇ ਆ ਬਾਅਦ ਚ ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਤੁਸੀਂ ਵੀ ਕਿਹਾ ਕਿ ਰਿਸ਼ਵਤਖੋਰੀ ਆ ਉਹਦੇ ਬਾਰੇ ਇੱਕੋ ਇਲਾਫ ਜਿਹਾ ਕਿ ਜ਼ੀਰੋ ਟੋਲਰੈਂਸ ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਜੈਂਡਰ ਇੰਪਰੂਵਮੈਂਟ ਟਰਸ ਦੇ ਅਧਿਕਾਰੀ ਜਾਂ ਕਰਮਚਾਰੀ ਜਿਹੜੇ ਪਿਛਲੀ ਸਰਕਾਰਾਂ ਦੇ ਵਿੱਚ ਪ੍ਰਸ਼ਤ ਸਰਕਾਰ ਦੇ ਵਿੱਚ ਕਹਿ ਸਕਦੇ ਆ ਜੀ ਭ੍ਰਸ਼ਟਾਚਾਰ ਦੇ ਅੰਦਰ ਪੂਰੀ ਤਰ੍ਹਾਂ ਜਿਹੜੇ ਉਹ ਸਰੋਵਰ ਹੋ ਚੁੱਕੇ ਸੀ ਉਹਨਾਂ ਨੂੰ ਹੁਣ ਇੱਕ ਤਰੀਕੇ ਦੇ ਨਾਲ ਸੰਭਲ ਜਾਣਾ ਚਾਹੀਦਾ ਹੈ ਵੀ ਉਹਨਾਂ ਦਾ ਨੰਬਰ ਕਿਸੇ ਵੇਲੇ ਵੀ ਲੱਗ ਸਕਦਾ ਨਹੀਂ ਮੈਂ ਇਸ ਤਰ੍ਹਾਂ ਦੀ ਕਿਸੇ ਨੂੰ ਧਮਕੀ ਨਹੀਂ ਦੇਣੀ ਚਾਹੁੰਦਾ ਨਹੀਂ ਚੇਤਾਵਨੀ ਤਾਂ ਦੇ ਸਕਦੇ ਆ ਨਹੀਂ ਮੈਂ ਜੱਟ ਦਾ ਪੁੱਤ ਐ ਜੀ ਮੈਂ ਪਰ ਮੈਂ ਜੱਟਾਂ ਨੂੰ ਬੜਕ ਨਹੀਂ ਮਾਰਦਾ ਮੈਂ ਕਾਰਵਾਈ ਕਰੂੰਗਾ ਮਤਲਬ ਐਕਸ਼ਨ ਬੋਲੇਗਾ ਮੇਰਾ ਮਤਲਬ ਹੈ ਮੈਂ ਪੋਜ਼ਿਟਿਵ ਸੋਚ ਵਾਲਾ ਵਿਅਕਤੀ ਹਾਂ ਜੀ ਜੀ ਮੈਂ ਕੰਮ ਕਰੂੰਗਾ ਕੰਮ ਦੇ ਵਿੱਚ ਵਿੱਚ ਆਪੇ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਕੋਈ ਇਰੈਗੂਲਰਿਟੀ ਹੋਈ ਆ ਕਿੱਥੇ ਕੰਮ ਵਧੀਆ ਹੋਇਆ ਹੈ ਜੇ ਤਾਂ ਇਰੈਗੂਲਰਿਟੀ ਹੋਈ ਬੋਨਫਾਈਡ ਟੈਂਸ਼ਨ ਸੀ ਕੀ ਉਹਨੂੰ ਰੈਗੂਲਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਇਲੀਗੈਲਿਟੀ ਹੋਈ ਕੋਈ ਫਾਈਨੈਂਸ਼ੀਅਲ ਜਿਹੜਾ ਵਿੱਤੀ ਨੁਕਸਾਨ ਪਹੁੰਚਾਇਆ ਹੈ ਤੇ ਆਪਣੇ ਘਰ ਲਈ ਪੈਸੇ ਇਕੱਠੇ ਕੀਤੇ ਆ ਤੇ ਉਹਦੇ ਤੇ ਕਾਰਵਾਈ ਕਰਾਂਗੇ ਫਿਰ ਬੇਕਿਰਕੀ ਨਾਲ ਕਰਾਂਗੇ ਉਹ ਪਰ ਆਈ ਵਿਲ ਨਾਟ ਹੰਟ ਫਾਰ ਐਨੀਥਿੰਗ ਮੈਂ ਕਿਸੇ ਦਾ ਫੇਸ ਦੇਖ ਕੇ ਜਾਂ ਕਿਸੇ ਦੀ ਮਾਰਕੀਟ ਚ ਬਦਨਾਮੀ ਸੁਣ ਕੇ ਉਹਦੇ ਪਿੱਛੇ-ਪਿੱਛੇ ਨਹੀਂ ਜਾਊਗਾ ਆਪਣਾ ਟਾਈਮ ਨਹੀਂ ਵੇਸਟ ਕਰੂੰਗਾ ਮੈਂ ਆਪਣਾ ਕੰਮ ਕਰੂੰਗਾ ਮੇਰੇ ਕੋਲ ਲੋਕ ਆਉਂਦੇ ਆ ਜੀ ਸਾਨੂੰ ਪਲਾਟ ਨਹੀਂ ਮਿਲਿਆ ਮੈਂ ਸਾਡਾ ਜੀ ਕੋਰਟ ਤੋਂ ਫੈਸਲਾ ਹੋ ਗਿਆ ਮੈਂ ਉਹਨਾਂ ਨੂੰ ਕਹਿੰਦਾ ਮੈਨੂੰ ਦੋ ਤਿੰਨ ਦਿਨ ਹੋਰ ਦੇ ਦਿਓ ਕਿਉਂਕਿ ਮੈਨੂੰ ਸਾਰਾ ਕੁਝ ਮੈਂ ਦੇਖ ਰਿਹਾ ਜਲਦੀ-ਜਲਦੀ ਕਾਫੀ ਕੋਸ਼ਿਸ਼ ਕਰ ਰਿਹਾ ਮੈਂ ਜੀ ਸਾਰਿਆਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਮੇਰੇ ਲੈਵਲ ਤੇ ਹੋਇਆ ਮੈਂ ਉਸ ਮਸਲੇ ਦਾ ਹੱਲ ਕਰੂੰਗਾ ਜਿਹੜਾ ਸਰਕਾਰ ਲੈਵਲ ਤੇ ਹੋਇਆ ਉਹ ਆਪਣੇ ਡਿਪਾਰਟਮੈਂਟ ਨੂੰ ਬੇਨਤੀ ਕਰੂੰਗਾ ਸਾਡੇ ਮਾਨਯੋਗ ਕੈਬਨਿਟ ਮਿਨਿਸਟਰ ਨੇ ਡਾਕਟਰ ਇੰਦਰਵੀਰ ਸਿੰਘ ਜੱਜ ਜੀ ਉਹਨਾਂ ਦੇ ਲੈਵਲ ਤੇ ਉਹਨਾਂ ਤੋਂ ਕਰਾਉਂਗਾ ਮੁੱਖ ਮੰਤਰੀ ਸਾਹਿਬ ਤੋਂ ਕਰਾਉਂਗਾ ਅਸੀਂ ਸਾਰੇ ਲੋਕਾਂ ਦੇ ਮਸਲੇ ਪੋਜ਼ਿਟਿਵ ਹੋ ਕੇ ਹੱਲ ਕਰਾਂਗੇ ਔਰ ਉਹਦੇ ਵਿੱਚ ਜਿਹੜੀਆਂ ਇਰੈਗੂਲੈਰਿਟੀਜ਼ ਆ ਉਹਦੇ ਬਾਰੇ ਤਾਂ ਮੈਂ ਪਹਿਲਾਂ ਹੀ ਕਹਿੰਦਾ ਆ ਪੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੋਈ ਟੋਲਰੈਂਸ ਨਹੀਂ ਹੋਏਗੀ ਤੇ ਸਰ ਇੱਕ ਚੀਜ਼ ਹੋ ਰਿਹਾ ਹੈ ਬੜਾ ਇੱਕ ਜਲੰਧਰ ਦੀ ਜਨਤਾ ਦਾ ਇੱਕ ਬਹੁਤ ਵੱਡਾ ਇੱਕ ਜਿਹੜਾ ਕੰਸਰਨ ਹੈ ਬੜਾ ਮੇਜਰ ਇੱਕ ਜਿਹੜਾ ਉਹਨਾਂ ਦਾ ਮੁੱਦਾ ਹੈ ਉਹ ਹੈਗਾ ਵੀ ਪਾਸਟ ਦੇ ਵਿੱਚ ਜਿਹੜੀਆਂ ਪਿਛਲੀਆਂ ਟੈਨਿਓਰਜ਼ ਹੋਈਆਂ ਚੇਅਰਮੈਨਸ ਦੀਆਂ ਉਸ ਦੌਰਾਨ ਕੁਝ ਵਿਕਾਸ ਕੀਮਾ ਜਿਹੜੀਆਂ ਕੱਢੀਆਂ ਗਈਆਂ ਸੀ ਜਿਦੇ ਵਿੱਚ ਕੀ ਜਿੱਦਾਂ ਕੀ ਸੂਰਨ ਕਲੇਵ ਐਕਸਟੈਂਸ਼ਨ ਹੋ ਗਿਆ ਬੀਬੀ ਪਾਣੀ ਕੰਪਲੈਕਸ ਹੋ ਗਿਆ ਮਾਸਟਰ ਗੁਰਬੰਤਾ ਸਿੰਘ ਕਲੇਵ ਹੋ ਗਿਆ ਉੱਥੇ ਦੇ ਅਲਾਟੀ ਜਿਹੜੇ ਨੇ ਲਿਟਰਲੀ ਖੂਨ ਦੇ ਅੰਸੂਰ ਰੋ ਰਹੇ ਆ ਜੀ ਉਹਨਾਂ ਨੂੰ ਜੋ ਚੀਜ਼ਾਂ ਕਮਿਟ ਕੀਤੀਆਂ ਗਈਆਂ ਉਹ ਉਹਨਾਂ ਨੂੰ ਦਿੱਤੀਆਂ ਨਹੀਂ ਗਈਆਂ ਸਰਕਾਰੀ ਇੱਕ ਵਿਭਾਗ ਵੱਲੋਂ ਕੱਢੀ ਗਈ ਸਕੀਮ 'ਚ ਉਹਨਾਂ ਨੇ ਸੋਚਿਆ ਵੀ ਆਪਣੀ ਗਾੜੀ ਖੂਨ ਪਸੀਨੇ ਦੀ ਕਮਾਈ ਲਾ ਕੇ ਅਸੀਂ ਕਿਉਂਕਿ ਸਰਕਾਰ ਇਹ ਚੀਜ਼ ਦੇ ਰਹੀ ਹੈ ਤੇ ਉਹਦੇ 'ਚ ਕੋਈ ਧੋਖੇ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਬਟ ਉਹਨਾਂ ਨੂੰ ਠੱਗਿਆ ਗਿਆ ਜਿਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਕੋਟਾਂ 'ਚ ਵੀ ਗਏ ਕੋਟਾਂ 'ਚ ਜਲੰਧਰ ਇੰਪਰੂਵਮੈਂਟ ਟਰਸ ਦੇ ਖਿਲਾਫ ਮਤਲਬ ਕਰੀਬ ਕਰਿਓ 70 80 ਫੈਸਲੇ ਹੋ ਚੁੱਕੇ ਨੇ ਔਰ ਇੰਪਰੂਵਮੈਂਟ ਟਰਸ ਨੂੰ ਪੈਸੇ ਵੀ ਵਾਪਸ ਕਰਨੇ ਪੈ ਰਹੇ ਨੇ ਸਰ ਇਹਨਾਂ ਸਕੀਮਾਂ ਬਾਰੇ ਵੀ ਕੁਛ ਸਰ ਆਪਾਂ ਧਿਆਨ ਦੇਵਾਂਗੇ ਸਰ ਦੇਖੋ ਸਕੀਮ ਜਿਹੜੀ ਵੀ ਹੈਗੀ ਆ ਕੋਈ ਡਿਵੈਲਪਮੈਂਟ ਸਕੀਮ ਹੈ ਜਾਂ ਇੰਪਰੂਵਮੈਂਟ ਟਰਸ ਦੀ ਜਿਹੜੀ ਵੀ ਸਕੀਮ ਹੈ ਲੋਕਾਂ ਦੀ ਭਲਾਈ ਲਈ ਬਣਾਈ ਗਈ ਆ ਮੈਂ ਇਹਨੂੰ ਕਿਸੇ ਚੇਅਰਮੈਨ ਦੀ ਜਾਂ ਕਿਸੇ ਈਓ ਦੀ ਟਿਨਿਓਰ ਵਾਈਜ਼ ਨਹੀਂ ਲਊਂਗਾ ਮੈਂ ਉਹਨਾਂ ਨੂੰ ਸਕੀਮ ਵਾਈਜ਼ ਹੀ ਲਊਂਗਾ ਜੀ ਤੇ ਮੈਂ ਖੇਮਾ ਦਾ ਜਾਚਕ ਆ ਲੋਕਾਂ ਤੋਂ ਕਿਉਂਕਿ ਮੈਂ ਹੁਣ ਇੰਪਰੂਵਮੈਂਟ ਟਰਸਟ ਦਾ ਹੈੱਡ ਆ ਜਲੰਧਰ ਇੰਪ ਤੇ ਹੁਣ ਮੇਰੀ ਜ਼ਿੰਮੇਵਾਰੀ ਹੈ ਸਾਰਿਆਂ ਨੂੰ ਇਨਸਾਫ ਦੇਣਾ ਜਾਂ ਇਨਸਾਫ ਦਿਵਾਉਣਾ ਜੇ ਉਹ ਸਰਕਾਰ ਦੇ ਲੈਵਲ ਤੇ ਆ ਜੀ ਤੇ ਉਹਦੇ ਚ ਦੋ ਇਸ਼ੂ ਆ ਗਏ ਹੁਣ ਇੱਕ ਤਾਂ ਲੋਕਾਂ ਦੇ ਮਸਲੇ ਹੱਲ ਕਰਨੇ ਇੱਕ ਜਿਨ੍ਹਾਂ ਨੇ ਆਪਣਾ ਮਸਲਾ ਅਦਾਲਤ ਤੋਂ ਹੱਲ ਕਰਵਾ ਲਿਆ ਜੀ ਜਿਹੜਾ ਅਦਾਲਤ ਤੋਂ ਹੱਲ ਹੋ ਗਿਆ ਆ ਉਹਨੂੰ ਤਾਂ ਅਸੀਂ ਲੀਗਲੀ ਦੇਖਾਂਗੇ ਕਿ ਇਹਦੇ ਵਿੱਚ ਅਪੀਲ ਹੋ ਸਕਦੀ ਆ ਜੀ ਕਿਹਦੇ ਵਿੱਚ ਅਸੀਂ ਜਿਹੜਾ ਆ ਉਹਨੇ ਬਦੀਕੀ ਹੋਈ ਆ ਕੰਜ਼ਿਊਮਰ ਨਾਲ ਜਾਂ ਕੋਈ ਉਹ ਲੀਗਲ ਪੁਆਇੰਟ ਬਹੁਤ ਵੱਡਾ ਹੈ ਨਹੀਂਗਾ ਉਹਦੇ ਚ ਅਸੀਂ ਕਿਸੇ ਦਾ ਰਿਫੰਡ ਹੈ ਉਹਨੂੰ ਰਿਫੰਡ ਦੇਵਾਂਗੇ ਜੋ ਵੀ ਆ ਅਸੀਂ ਭਵੇਂ ਅੱਜ ਦੀ ਸਥਿਤੀ ਚ ਸਾਡੀਆਂ ਜੇਬਾਂ ਖਾਲੀ ਨੇ ਪਰ ਮੈਨੇ ਅਸ਼ਉਰਟੀ ਨਾਲ ਕਹਿ ਸਕਦਾ ਪਈ ਅਸੀਂ ਦੇਵਾਂਗੇ ਤੁਹਾਨੂੰ ਇਹ ਸਵਾਲ ਪੁੱਛਣ ਦੀ ਲੋੜ ਨਹੀਂ ਹੈਗੀ ਪਈ ਤੁਸੀਂ ਕਿੱਥੋਂ ਦੇਵੋਗੇ ਕਿੱਥੋਂ ਦੇਹੋਗਾ ਹੀ ਕੁਝ ਨਹੀਂ ਹਰ ਬੰਦੇ ਦੇ ਮਨ ਚ ਸਵਾਲ ਹਾਂ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਮੈਂ ਅਸੀਂ ਦੇਵਾਂਗੇ ਕਿਉਂਕਿ ਮੈਂ ਜਿੱਥੇ ਵੀ ਰਿਹਾ ਮੈਂ ਜੌਬ ਤੇ ਰਿਹਾ ਮੈਂ ਮੰਡੀ ਬੋਰਡ ਤੇ ਮੈਂ 25 ਸਾਲ ਰਿਹਾ ਹਾਂ ਜੀ 4 ਸਾਲ ਮੈਂ ਐਗਰੀਕਲਚਰ ਮਾਰਕੀਟਿੰਗ ਦਾ ਅਧਿਆਪਕ ਰਿਹਾ ਹਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਤਹਿਤ ਮੈਂ ਟੱਚਵੁੱਡ ਅਜੇ ਤੱਕ ਕੁਦਰਤ ਦੀ ਮੇਰ ਨਾਲ ਮੈਂ ਕਦੀ ਫੇਲ ਨਹੀਂ ਹੋਇਆ ਤੇ ਮੈਨੂੰ ਲੱਗਦਾ ਮੈਂ ਹੁਣ ਵੀ ਫੇਲ ਨਹੀਂ ਹੋਊਗਾ ਜੀ ਤੇ ਉਹ ਉਸ ਤੋਂ ਬਾਅਦ ਦੱਸੂਗਾ ਕਿ ਪੈਸੇ ਕਿੱਥੋਂ ਆਉਣਗੇ ਪਰ ਅਸੀਂ ਸਾਰਿਆਂ ਦੀ ਭਾਈ ਭਾਈ ਚੁਕਾਵਾਂਗੇ ਜਿਹੜੇ ਲੋਕ ਅਜੇ ਵੀ ਅਦਾਲਤਾਂ 'ਚ ਫਸੇ ਹੋਏ ਨੇ ਅਜੇ ਪੈਂਡਿੰਗ ਨੇ ਕੇਸ ਉਸ ਸਮੇਂ ਦੇ ਵਿੱਚ ਵਿੱਚ ਹੀ ਅਸੀਂ ਉਹਨਾਂ ਦੇ ਮਸਲੇ ਜਿਹੜੇ ਵੱਡੇ ਪੱਧਰ ਦੇ ਮਸਲੇ ਉਹਨਾਂ ਦਾ ਹੱਲ ਇੰਨੀ ਸਪੀਡ ਨਾਲ ਕਰਾਂਗੇ ਤੁਸੀਂ ਮੈਨੂੰ ਬਾਅਦ ਚ ਆ ਕੇ ਇਹ ਇਹ ਵੀ ਸਵਾਲ ਪੁੱਛ ਲਿਓ ਕਿ ਉਹਨਾਂ 'ਚੋਂ ਕਾਫੀ ਲੋਕ ਕੇਸ ਵਾਪਸ ਲੈ ਲੈਣਗੇ ਜਿਹੜੇ ਮਡਲੀ ਸਟੇਜ ਤੇ ਆ ਮੈਨੂੰ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੈ ਬਟ ਫਿਰ ਵੀ ਜੋ ਕੋਈ ਅਦਾਲਤ ਰਹੀ ਹੁੰਦਾ ਹੈ ਅਦਾਲਤ ਤਾਂ ਫਿਰ ਸਾਡੇ ਕੰਮ ਦੀ ਸਮੀਖਿਆ ਹੈ ਨਾ ਕਾਨੂੰਨ ਸਰਕਾਰ ਨੇ ਬਣਾਉਣਾ ਹੈ ਤੇ ਉਹ ਕਾਨੂੰਨ ਨੂੰ ਇਨਵਿਨ ਲਾਗੂ ਕਰਨਾ ਜਾਂ ਉਹ ਅਦਾਲਤਾਂ ਦਾ ਕੰਮ ਹੈ ਅਦਾਲਤ ਦਾ ਫੈਸਲਾ ਫਿਰ ਉਹੀ ਸੀਨ ਸਰਵਤੇ ਤੇ ਪਰ ਅਸੀਂ ਪਰੇਸ਼ਾਨੀਆਂ ਆ ਸਾਰਿਆਂ ਦੀ ਦੂਰ ਕਰਾ ਜੀ ਸਰ ਇੱਕ ਬਹੁਤ ਵੱਡਾ ਇੱਕ ਹੋਰ ਜਿਹੜੀ ਪਰੇਸ਼ਾਨੀ ਹੈ ਜਲੰਧ ਰਿਪਰੂਵਮੈਂਟ ٹرسٹ ਨੂੰ ਲੈ ਕੇ ਖਾਸ ਤੌਰ ਤੇ ਇਸ ਦਫਤਰ ਦੀ ਗੱਲ ਕਰੀਏ ਤੇ ਵੀ ਜਨਤਾ ਦਾ ਕਹਿਣਾ ਹੈ ਵੀ ਜਦੋਂ ਇੱਥੇ ਆਂਦੇ ਨੇ ਤੇ ਇਹਨਾਂ ਨੂੰ ਅਧਿਕਾਰੀ ਨਹੀਂ ਮਿਲਦੇ ਦਫਤਰਾਂ ਚ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸੌਰੀ ਮੈਂ ਕਿਸੇ ਦੀ ਗੱਲ ਕੱਟਦਾ ਨਹੀਂ ਹੁੰਦਾ ਜਸਟ ਇਸ ਕਰਕੇ ਕਿਉਂਕਿ ਪੇ ਥੋੜਾ ਟਾਈਮ ਲੱਗੇ ਜੀ ਉਹ ਮੇਰੇ ਖਿਆਲ ਚ ਤਾਂ ਗੱਲ ਖਤਮ ਹੋ ਗਈ ਆ ਨਹੀਂ ਤਾਂ ਇਹ ਜਿਹੜੀ ਐਰੋਗੈਂਸ ਹੈ ਜਾਂ ਇਹ ਗੁੰਡਾਗਰਦੀ ਮੈਂ ਤਾਂ ਕਹੂੰਗਾ ਕਿ ਲੋਕਾਂ ਦੇ ਨੌਕਰਾਂ ਅਸੀਂ ਤੇ ਲੋਕਾਂ ਨੂੰ ਹੀ ਅਸੀਂ ਮਿਲਦੇ ਨਹੀਂ ਜਾਂ ਉਹਨਾਂ ਨੇ ਬਿਹੇਵ ਨਹੀਂ ਕੀ ਕਰਦੇ ਇਹ ਗੁੰਡਾਗਰਦੀ ਮੇਰੇ ਖਿਆਲ ਚ ਤਾਂ 14 ਤਰੀਕ ਤੋਂ ਆਪਣੇ ਆਪ ਹੀ ਸਾਰਿਆਂ ਨੂੰ ਬੰਦ ਕਰ ਦੇਣੀ ਚਾਹੀਦੀ ਸੀ ਤੇ ਜੇ ਕੋਈ ਇਦਾਂ ਦੀ ਗੱਲ ਹੋ ਰਹੀ ਹੈ ਤੇ ਉਹ ਉਸ ਮ ਮਤਲਬ ਉਹ ਆਪਣੇ ਆਪ ਹਟ ਜਾਏਗੀ ਨਹੀਂ ਰਹੇਗੀ ਇਹ ਮੈਂ ਇਸ ਕਰਕੇ ਤੁਸੀਂ ਇੱਥੇ ਛੱਡ ਦਿਓ ਬਹੁਤ ਖੂਬ ਜੀ ਬਹੁਤ ਖੂਬ ਸਰ ਇੱਕ ਚੀਜ਼ ਹੋ ਰਹਾ ਹੈ ਵੀ ਕੁਝ ਸ਼ਿਕਾਇਤਾਂ ਜਿਹੜੀਆਂ ਜਲੰਧਰ ਮੂਵਮੈਂਟ ਉਸ ਚ ਲੋਕਾਂ ਦੀਆਂ ਚੱਲ ਰਹੀਆਂ ਪੈਂਡਿੰਗ ਕੰਪਲੇਂਟਸ ਹੈ ਸਰ ਉਹਨੂੰ ਵੀ ਕੁਝ ਟਾਈਮ ਬਾਉਂਡ ਸਰ ਆਪਾਂ ਨਿਪਟਾਉਣ ਲਈ ਨਿਪਟਾਰਾ ਕਰਨ ਲਈ ਕੁਝ ਪਾਵਾਂਗੇ ਜੀ ਥੋੜਾ ਬਹੁਤ ਟਾਈਮ ਜ਼ਰੂਰ ਲੱਗ ਸਕਦਾ ਹੈ ਕੁਝ ਤਾਂ ਲੋਕਲ ਜਿਹੜੀਆਂ ਹੈਗੀਆਂ ਉਹ ਮੈਂ ਹੀ ਕੋਸ਼ਿਸ਼ ਕਰੂੰਗਾ ਕੁਝ ਫਾਈਲਾਂ ਗੁੰਮ ਹੋਈਆਂ ਸੀਗੀਆਂ ਕੁਝ ਐਫ ਆਈ ਆਰਸ ਹੋਈਆਂ ਕੁਝ ਵਿਜੀਲੈਂਸ ਕੋਈ ਇਨਕੁਆਰੀ ਜੀ ਹਾਂ ਕਾਫੀ ਮੁੱਦਾ ਚੱਲ ਰਿਹਾ ਜਿੱਥੇ ਜੀ ਇਦਾਂ ਨਹੀਂ ਹੋਊਗਾ ਵੀ ਕੋਈ ਕਸਟਮਰ ਆਵੇ ਜਾਂ ਕੰਜ਼ਿਊਮਰ ਆਵੇ ਤੇ ਮੈਂ ਉਹਨੂੰ ਕਹਿ ਦਵਾਂ ਵੀ ਨਹੀਂ ਤੇਰੀ ਤਾਂ ਵਿਜੀਲੈਂਸ ਕੋਈ ਇਨਕੁਆਰੀ ਉਹਨਾਂ ਕੋਲ ਜਾ ਅਸੀਂ ਉਹਨਾਂ ਦਾ ਵੀ ਹੱਲ ਕਰਾਂਗੇ ਜੀ ਜੇ ਵਿਜੀਲੈਂਸ ਕੋਲ ਪੈਂਡਿੰਗ ਆ ਜਾਂ ਹੋਰ ਚੱਲ ਰਹੀ ਆ ਜਾਂ ਹੌਲੀ ਹੌਲੀ ਚਾਲ ਤੋਂ ਚੱਲ ਰਹੀ ਆ ਰੋਜ਼ ਹਰ ਕੰਜ਼ਿਊਮਰ ਸਾਡਾ ਰੋਜ਼ ਥੋੜਾ ਥੋੜਾ ਕਰਕੇ ਮਰ ਰਿਹਾ ਏ ਨਹੀਂ ਅਸੀਂ ਕੰਮ ਹੋਂ ਦੇਵਾਂਗੇ ਜਿਹੜੇ ਬੰਦਿਆਂ ਨੇ ਇਰੈਗੂਲੈਰिटीज ਕੀਤੀਆਂ ਆ ਉਹਨਾਂ ਦੇ ਵਿਰੁੱਧ ਵੀ ਚੱਲ ਰਿਹਾ ਆ ਤੇ ਨਾਲ ਕੰਜ਼ਿਊਮਰ ਵੈਸੇ ਹੀ ਸਫਰ ਕਰ ਰਿਹਾ ਆ ਸੋ ਬਿਜਲੀ ਦੇ ਕੇਸਾਂ ਦਾ ਵੀ ਮੈਂ ਸੀਨੀਅਰ ਅਫੀਸ਼ੀਅਲਸ ਨੂੰ ਮਿਲ ਕੇ ਉਹਨਾਂ ਦਾ ਨਿਪਟਾਰਾ ਕਰਾਊਗਾ ਕਿ ਜਿਹਨੇ ਜੇਲ੍ਹ ਜਾਣਾ ਜੇਲ੍ਹ ਜਾਵੇ ਹੈਂ ਜੀ ਜੇਦੀ ਕੋਈ ਛੋਟੀ ਮੋਟੀ ਗਲਤੀ ਆ ਉਹਨੂੰ ਉਸ ਹਿਸਾਬ ਨਾਲ ਉਹਦਾ ਨਿਪਟਾਰਾ ਹੋਵੇ ਤੇ ਉਹਨਾਂ ਕੇਸਾਂ ਦਾ ਛੇਤੀ ਨਿਪਟਾਰਾ ਹੋਵੇ ਤਾਂ ਕਿ ਜਨਤਾ ਨੂੰ ਰੀਲਿਫ ਮਿਲ ਸਕੇ ਹਾਂ ਉਹਦੇ ਉਹਨਾਂ ਦੇ ਉਹਨਾਂ ਕੇਸਾਂ ਦੇ ਬਹਾਨੇ ਜਾਂ ਜੈਨੂਇਨ ਬਹਾਨੇ ਕਰਕੇ ਵੀ ਥੱਲੇ ਨਾ ਕੰਜ਼ਿਊਮਰ ਪਰੇਸ਼ਾਨ ਨ ਤੇ ਸਰ ਤੁਹਾਨੂੰ ਸ਼ਾਇਦ ਨੋਲੇਜ ਹੋਏਗੀ ਹੀ ਜ਼ਰੂਰ ਕਿਉਂਕਿ ਤੁਸੀਂ ਆਂਦੇ ਹੀ ਕਾਫੀ ਕੰਮ ਵੱਲ ਧਿਆਨ ਦਿੱਤਾ ਹੈ ਜਲੰਧਰ ਇਮਪਰੂਵਮੈਂਟ ਰਿਸਟ ਨੇ ਕਾਰਪੋਰੇਸ਼ਨ ਜਲੰਧਰ ਨਗਰ ਨਿਗਮ ਦੇ ਕੋਲੋਂ ਵੀ 50-60 ਕਰੋੜ ਰੁਪਏ ਲੈਣ ਆਏ ਕਾਫੀ ਦੇਰ ਦਾ ਉਹ ਰਿਕਵਰੀ ਨਹੀਂ ਹੋ پا ਰਹੀ ਹੈ ਉਹ ਕੁਝ ਕੁਝ ਲੱਖਾਂ ਲੱਖਰ ਰੁਪਏ ਦੀ ਪੇਮੈਂਟ ਦੇ ਚ ਐਡਜਸਟ ਕਰਾਉਂਦੇ ਰਹੇ ਨੇ ਪਿਛਲੇ ਕੁਝ ਉਹਨੂੰ ਵੀ ਸਰ ਕੋਈ ਰਿਕਵਰੀ ਲਈ ਕੁਝ ਪ੍ਰਯਾਸ ਕਿਤੇ ਜਾਣਗੇ ਦੇਖੋ ਇਹ ਵਿੱਤੀ ਚੀਜ਼ਾਂ ਬਾਰੇ ਫਿਰ ਤੁਸੀਂ ਥੋੜੀ ਜਿਹੀ ਟਾਈਮ ਮੈਨੂੰ ਦਿਓ ਉਹਦੇ ਬਾਰੇ ਮੈਂ ਬਾਅਦ ਚ ਗੱਲ ਕਰੂੰਗਾ ਕਿਉਂਕਿ ਜਲੰਧਰ ਕਾਰਪੋਰੇਸ਼ਨ ਵੀ ਜਿੱਦਾਂ ਕਹਿੰਦੇ ਹੁੰਦੇ ਸਾਡੀ ਕਜ਼ਨ ਹੈ ਜੀ ਜਾਂ ਸਾਡਾ ਜੀ ਮੈਂ ਭਾਈ ਘਰਾਇਆ ਲੋਕਲ ਬਾਡੀਜ਼ ਨੇ ਉਹ ਜਿਹੜੀਆਂ ਵੀ ਰਿਕਵਰੀ ਜਾਂ ਜਾਂ ਅਸੀਂ ਕਿਸੇ ਤੋਂ ਲੋਨ ਲੈਣਾ ਹੈ ਜਾਂ ਲਿਆ ਹੋਇਆ ਜਾਂ ਦਿੱਤਾ ਹੈ ਅਸੀਂ ਉਹ ਫਾਰਦਰ ਟਾਈਮਿੰਗ ਐਡਜਸਟ ਕਰਾਂਗੇ ਸਾਰਿਆਂ ਨੂੰ ਕਿਉਂਕਿ ਸਾਰੇ ਪੰਜਾਬ ਸਰਕਾਰ ਦੇ ਥੱਲੇ ਹੁੰਦੇ ਨੇ ਸਾਡੇ ਸਾਰਿਆਂ ਦੇ ਬੌਸ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬਟ ਇਹ ਜ਼ਰੂਰ ਆਪੇ ਅਸੀਂ ਕਿਸੇ ਪਾਸੇ ਵੀ ਕਿਸੇ ਨੂੰ ਪਰੇਸ਼ਾਨੀ ਕੰਜ਼ਿਊਮਰ ਨੂੰ ਨਹੀਂ ਆਉਣ ਦੇਵਾਂਗੇ ਸਾਡਾ ਫੋਕਸ ਸਿੱਧਾ ਕੰਜ਼ਿਊਮਰ ਤੇ ਹੈ ਤੇ ਉਸ ਤੋਂ ਬਾਅਦ ਵਿਕਾਸ ਦੀ ਗੱਲ ਜਿਹੜੀ ਹੈ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਮਾਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਲੋਕਾਂ ਨਾਲ ਉਧਰ ਨੂੰ ਸਾਡਾ ਕੰਮ ਬਾਰਮਨ ਨੂੰ ਵੀ ਉੱਪਰ ਲੈ ਕੇ ਸਾਡਾ ਕੰਮ ਬੋਲਦਾ ਬਿਲਕੁਲ ਹੋ ਸਰ ਇੱਕ ਲਾਸਟ ਕੁਐਸਚਨ ਕਿਉਂਕਿ ਸਮਾਂ ਤੁਹਾਡੇ ਕੋ ਵੀ ਘੱਟ ਹੈ ਸਰ ਜਲੰਧਰ ਦੀਆਂ ਜਿੱਦਾਂ ਹੁਣ ਪਤਾ ਵੀ ਪੁਰਾਣੀਆਂ ਸਕੀਮਾਂ ਤੇ ਕਾਫੀ ਜਿੱਦਾਂ ਹੁਣ ਵਿਵਾਦਾਚ ਚ गिर ਗਈਆਂ। ਕਿਹਾ ਹੁਣ ਤੁਹਾਡੇ ਟਨਿਓਰ ਚ ਆਮ ਆਦਮੀ ਪਾਰਟੀ ਦੇ ਇਸ ਜਿਹੜੇ ਕਾਰਜਕਾਲ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਜਨਤਾ ਨੂੰ ਉਮੀਦਾਂ ਜਿਹੜੀਆਂ ਪੁਰਾਣੀਆਂ ਸਕੀਮਾਂ ਸੋਰੀ ਮੈਂ ਵੀ ਕੋਈ ਸਕੀਮ ਆਪਾਂ ਲਿਆਵਾਂਗੇ। ਸੌਰੀ ਮੈਂ ਫੇਰ ਤੁਹਾਡੀ ਗੱਲ ਕੱਟ ਰਿਹਾ। ਜੀ। ਪੁਰਾਣੀਆਂ ਸਕੀਮਾਂ ਨੂੰ ਵਿਵਾਦਾਚੋਂ ਬਾਹਰ ਕੱਢਾਂਗੇ ਤੇ ਨਵੀਆਂ ਸਕੀਮਾਂ ਨੂੰ ਸਕਸੈਸਫੁਲ ਬਣਾਵਾਂਗੇ ਤੇ ਨਾਲ ਹੀ ਨਵੀਆਂ ਸਕੀਮਾਂ ਵੀ ਫਲੋਟ ਕਰਾਂਗੇ। ਤੇਜ਼ ਤੁਰੰਦੀ ਕੋਸ਼ਿਸ਼ ਕਰਾਂਗੇ। ਪਰ ਪੱਕੇ ਪੈਰੀਂ ਤੁਰਨਾ ਪੈਣਾ ਕਿਉਂਕਿ ਅਸੀਂ ਐਸ ਵੇਲੇ ਚਿੱਕੜ ਚਾਹ ਬਿਲਕੁਲ ਸਹੀ ਹੈ ਜੀ ਹਾਂ ਤੇ ਜਿੱਕਰ ਨੂੰ ਮੈਂ ਕੋ ਦਲਦਲ ਚਾਹ ਦਲਦਲ ਚਾਹ ਹਾਂਜੀ ਤੇ ਜਰੂਰ ਕਰਾਂਗੇ ਮੈਨੂੰ ਇਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਬਹੁਤਾ ਟਾਈਮ ਨਹੀਂ ਲਗਾਵਾਂਗੇ ਜਦੋਂ ਲੋਕਾਂ ਨੂੰ ਦਿਸਣ ਲੱਗ ਜੂਗਾ ਕਿ ਇਹ ਸਹੀ ਰਸਤੇ ਤੇ ਚੱਲਣ ਲੱਗ ਗਏ ਆ ਜੀ ਜੀ ਇਹ ਸਹੀ ਰਸਤੇ ਤੇ ਚੱਲਣ ਲੱਗ ਗਏ ਆ ਸਾਨੂੰ ਰਾਹਤ ਦੇਣਗੇ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਜਿੰਨੇ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ ਜਿੰਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਅਸੀਂ ਤੁਰ ਪਏ ਆ ਨਾ ਉਧਰ ਨੂੰ ਪੈਦਲ ਜੀ 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 ਕਿਉਂਕਿ ਮੇਰੇ ਕੋਲ ਦੋ ਸੂਬੇ ਦੇ ਵੀ ਅਹੁਦੇ ਨੇ ਆਮ ਆਦਮੀ ਪਾਰਟੀ ਦੇ ਮੈਨੂੰ ਇਸ ਪਾਰਟੀ ਨੂੰ ਵੀ ਮਤਲਬ ਜਿਹੜਾ ਪੰਜਾਬ ਲੈਵਲ ਤੇ ਕੰਮ ਤੇ ਉਹਨਾਂ ਦੀ ਵੀ ਮੈਨੂੰ ਲਗਾਤਾਰ ਜਿਹੜੀ ਆ ਉਹਦੀ ਅਪਡੇਟ ਲੈਣੀਆਂ ਪੈਂਦੀਆਂ ਆ ਕਿ ਦੇਖੋ ਤੁਸੀਂ ਅਸੀਂ ਬਿਜਲੀ ਫ੍ਰੀ ਕਰਨ ਦੀ ਗੱਲ ਕੀਤੀ ਸੀ ਉਦੋਂ ਹੀ ਕਰਤੀ ਕੁਝ ਹੋਰ ਵਾਦੇ ਸੀਗੇ 1 ਐਮ ਐਲ 1 ਪੈਨਸ਼ਨ ਦੀ ਗੱਲ ਕੀਤੀ ਸੀ ਉਹ ਵੀ ਕਿੰਨੀ ਛੇਤੀ ਕਰਦੀ ਹੈ ਫਿਰ ਕੋਈ ਕੋਈ ਨਾ ਕੁਝ ਕੋਈ ਨਹੀਂ ਵਿਸ਼ ਕਰਦਾ ਕਿ ਉਹਦੇ ਘਰ ਚ ਕੋਈ ਪ੍ਰੋਬਲਮ ਆਵੇ ਇੱਕ ਜਵਾਨ ਸ਼ਹੀਦ ਹੋ ਜਾਂਦਾ ਸਰਹੱਤੇ ਉਹਨੂੰ ਤਾਂ ਅਸੀਂ ਉਸ ਫੈਮਿਲੀ ਨੂੰ ਵਾਪਸ ਨਹੀਂ ਕਰ ਸਕਦੇ ਪਰ ਉਹਦੀ ਵਿੱਤੀ ਮਦਦ ਕਰਕੇ ਉਹਦੇ ਦੁੱਖ ਨੂੰ ਥੋੜਾ ਬਹੁਤ ਕੰਪਨਸੇਟ ਕਰ ਸਕਦੇ ਹਾਂ ਉਹ 1 ਕਰੋੜ ਦੀ ਮਦਦ ਕੇਜਰੀਵਾਲ ਸਾਹਿਬ ਨੇ ਅਨਾਉਂਸ ਕੀਤੀ ਸੀ ਅਸੀਂ ਸਰਕਾਰ ਬਣ ਤੁਰ ਬਾਅਦ ਇਮੀਡੀਏਟਲੀ ਲਾਗੂ ਕਰਤੀ ਹੋਰ ਬਹੁਤ ਸਾਰੇ ਕੰਮ ਕੀਤੇ ਆ ਇਸੇ ਤਰ੍ਹਾਂ ਹੀ ਮਾਈਕਰੋ ਲੈਵਲ ਤੇ ਜੇ ਤੁਸੀਂ ਇੰਪਰੋਵ ਮੈਟਰਸ ਦੇਖੋਗੇ ਇਹਦੇ ਬਾਰੇ ਤਾਂ ਮਤਲਬ ਸਾਡਾ ਇੱਕੋ ਹੀ ਵਾਦਾ ਜਿਹੜਾ ਆ ਉਹ ਜਿਹੜਾ ਐਲਾਨ ਹੈ ਮੁੱਖ ਮੰਤਰੀ ਸਾਹਿਬ ਦਾ ਕਿ ਭ੍ਰਿਸ਼ਟਾਚਾਰ ਬਾਰੇ ਜ਼ੀਰੋ ਟੋਲਰੈਂਸ ਤੇ ਰੰਗਲਾ ਪੰਜਾਬ ਜੇ ਸਾਡਾ ਇੰਪਰੂਵਮੈਂਟ ਟਰਸਟ ਨਹੀਂ ਰੰਗਲੇ ਟਰਸਟਾਂ ਵਿੱਚ ਆਏਗਾ ਤਾਂ ਫਿਰ ਮਤਲਬ ਉਹਦੀ ਕੋਈ ਗੱਲ ਨਹੀਂ ਪੈਂਦੀ ਮਾਈਕਰੋ ਲੈਵਲ ਤੇ ਵੀ ਅਸੀਂ ਉਨਾ ਹੀ ਵਧੀਆ ਪਿਕਚਰ ਦੇਵਾਂਗੇ ਤੇ ਫਿਰ ਮੈਂ ਉਸੇ ਗੱਲ ਨਾਲ ਤੁਹਾਡੇ ਤੋਂ ਖੇਮਾਦਾ ਜੱਜ ਕਰ ਕਿ ਤੁਹਾਨੂੰ ਕੋਈ ਬਹੁਤਾ ਲੰਬਾ ਸਮਾਂ ਬੇਤ ਨਹੀਂ ਕਰਨੀ ਪੈਗੀ ਜਦੋਂ ਤੁਸੀਂ ਸਾਰੇ ਜਣੇ ਸ਼ਹਿਰ ਨਿਵਾਸੀ ਹੋਰ ਸਾਰੇ ਪਤਵੰਤੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹ ਸਾਨੂੰ ਕਹਿਣ ਲੱਗ ਜਾਣਗੇ ਕਿ ਹਾਂ ਸਹੀ ਰਸਤੇ ਵਾਲੇ ਇਹਨਾਂ ਨੇ ਹੁਣ ਮੋੜ ਕੱਟ ਲਿਆ ਜੀ ਬਹੁਤ ਵਧੀਆ ਗੱਲਾਂ ਔਰ ਬੜੇ ਬੇਬਾਕ ਢੰਗ ਨਾਲ ਤੁਸੀਂ ਗੱਲਾਂ ਦਾ ਜਵਾਬ ਦਿੱਤਾ ਹੈ ਤੇ ਤੁਸੀਂ ਅੰਤ ਦੇ ਵਿੱਚ ਜਲੰਧਰ ਦੀ ਜਨਤਾ ਨੂੰ ਖਾਸ ਤੌਰ ਤੇ ਅਗਰ ਇਮਪਰੂਵਮੈਂਟਸ ਜਲੰਧਰ ਦੀ ਗੱਲ ਕਰੀਏ ਇਸ ਸੰਬੰਧੀ ਕੋਈ ਕੋਈ ਅਪੀਲ ਕਰਨਾ ਚਾਹੁੰਦੇ ਹੋ ਜਾਂ ਕੋਈ ਉਹਨਾਂ ਨੂੰ ਆਪਣੀ ਮੰਨ ਦੀ ਗੱਲ ਉਹਨਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਚੈਨਲ ਦੇ ਰਾਹੀਂ ਨਹੀਂ ਜੀ ਜਲੰਧਰ ਦੀ ਜਨਤਾ ਨੂੰ ਮੈਂ ਕੁਝ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਕਰਨੀ ਚਾਹੁੰਦਾ ਕਿਉਂਕਿ ਮੈਂ ਵੀ ਜਲੰਧਰ ਨਹੀਂ ਬਿਲੋਂਗ ਕਰਦਾ ਹਾਂ ਮੈਂ ਵੀ ਜਲੰਧਰ ਦਾ ਹੀ ਨਿਵਾਸੀ ਹਾਂ ਜੀ ਹਾਂਜੀ ਤੇ ਮਤਲਬ ਜੇ ਮੈਂ ਇੱਥੇ ਕੋਈ ਕੰਮ ਕਰ ਰਿਹਾ ਹਾਂ ਤਾਂ ਮੈਂ ਆਪਣੇ ਲਈ ਕਰ ਰਿਹਾ ਹਾਂ ਆਪਣੇ ਪਰਿਵਾਰ ਲਈ ਕਰ ਰਿਹਾ ਹਾਂ ਸੋ ਮੈਂ ਮਤਲਬ ਨਹੀਂ ਜਿੰਨੀਆਂ ਮੈਂ 네ਗੇਟਿਵ ਗੱਲਾਂ ਸੁਣਦਾ ਸੀਗਾ ਜਾਂ ਹੋਰ ਸੀਗਾ ਮੇਰੇ ਮਨ 'ਚ ਤਾਂਗ ਹੈ ਕਿ ਉਹ ਮੈਂ 네ਗੇਟਿਵਿਟੀ ਸਾਰੀ ਦੂਰ ਕਰਾਂ ਇਹ ਜਲੰਧਰ ਸਾਰਾ ਜਲੰਧਰ ਜਿਹੜਾ ਹੈ ਸਾਡਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੀ ਮਦਦ ਕਰਕੇ ਤੇ ਜਿਹੜਾ ਸਾਡਾ ਵੱਡਾ ਪਰਿਵਾਰ ਹੈ ਅਰਵਿੰਦ ਕੇਜਰੀਵਾਲ ਸਭ ਦੀ ਪਾਰਟੀ ਆਮ ਆਦਮੀ ਪਾਰਟੀ ਵੱਡਾ ਪਰਿਵਾਰ ਖੁਸ਼ ਹੁੰਦਾ ਹੈ ਕਿ ਮੈਂ ਜਲੰਧਰ ਦੇ ਪਰਿਵਾਰ ਲਈ ਕੋਈ ਚੰਗਾ ਕੰਮ ਕੀਤਾ ਹੈ ਤਾਂ ਮੈਂ ਕਿਉਂ ਨਹੀਂ ਉਹ ਕਰੂੰਗਾ ਸੋ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੇ ਕੋਈ ਕੋਰਟਸ ਵਿੱਚ ਹੈ ਉਹ ਵੀ ਸਾਡਾ ਭਰਾ ਹੈ ਜੇ ਕੋਈ ਨਹੀਂ ਕੋਰਟ ਚ ਉਹ ਵੀ ਸਾਡਾ ਭਰਾ ਹੈ ਜਿੰਨਾਂ ਪਹਿਲਾਂ ਵਿਦੀਕੀ ਹੋ ਗਈ ਹੋ ਗਈ ਸਾਰੀਆਂ ਚੀਜ਼ਾਂ ਦਾ ਪੋਜੀਟਿਵਲੀ ਨਿਪਟਾਰਾ ਕਰਾਂਗੇ ਮਿੱਤੀਬੱਧ ਨਿਪਟਾਰਾ ਕਰਾਂਗੇ ਲੋਕਾਂ ਨੂੰ ਇੱਥੇ ਆਉਣਾ ਨਹੀਂ ਪਿਆ ਕਰੂਗਾ ਫੋਨ ਕਰਿਆ ਕਰਨਗੇ ਸਾਨੂੰ ਤੇ ਘਰ ਅਸੀਂ ਐਨਓਸੀ ਜਾਂ ਜੋ ਕੁਝ ਵੀ ਸਰਟੀਫਿਕੇਟ ਜਿਹੜੇ ਘਰ ਦੇ ਕਿਆ ਕਰਾਂਗੇ ਉਹ ਸਟੇਜ ਤੱਕ ਮੈਂ ਲੈ ਜਾਣਾ ਚਾਹੁੰਦਾ ਆ ਇਹ ਨਹੀਂ ਹੈ ਕਿ ਮੇਰੇ ਕੋਲ ਕੋਈ ਵਿਅਕਤੀ ਆਵੇ ਵੀ ਮੈਂ ਨਕਸ਼ਾ ਇਨੀ ਦੇਰ ਦਾ ਦਿੱਤਾ ਹੋਇਆ ਜੀ ਜਾਂ ਹੁਣ ਮੈਨੂੰ ਮਤਲਬ ਦੇ ਹੀ ਨਹੀਂ ਰਹੇ ਜਾਂ ਪੁਰਾਣੀ ਐਪਲੀਕੇਸ਼ਨ ਲੱਭੀ ਨਹੀਂ ਹੈ ਹਾਲ ਦੀ ਘੜੀ ਮੈਨੂੰ ਇਹ ਵੀ ਕਈ ਵਾਰੀ ਕਹਿਣਾ ਪੈਂਦਾ ਵੀ ਜੇ ਨਹੀਂ ਲੱਭੀ ਤੁਸੀਂ ਮੈਨੂੰ ਨਵੀਂ ਦੇ ਦਿਓ ਮੈਂ ਤੁਹਾਡਾ ਕੰਮ ਹੁਣੇ ਹੀ ਕਰ ਦਿੰਦਾ ਜਿਹੜੀ ਲੱਭੀ ਨਹੀਂ ਉਹ ਮੈਂ ਅਲੱਗ ਦੇਖ ਲੂੰਗਾ ਕਿ ਕਿਹੜਾ ਬੰਦਾ ਜ਼ਿੰਮੇਵਾਰ ਆ ਤਾਂ ਕਿ ਤੁਹਾਡਾ ਕੰਮ ਲੇਟ ਨਾ ਹੋਵੇ ਜੇ ਉਹਦੇ ਵਿੱਚ ਕੋਈ ਬਹੁਤੀ ਮੋਨਿਟਰੀ ਮਤਲਬ ਇੰਪਲੀਕੇਸ਼ਨ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਜੀ ਇੱਕ ਆਮ ਆਦਮੀ ਦੇ ਤੌਰ ਤੇ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਜਿਹੜੀ ਕੁਰਸੀ ਤੇ ਮੈਂ ਬੈਠਾ ਆ ਜਿਹੜੀ ਕੁਰਸੀ ਤੇ ਤੁਸੀਂ ਬੈਠ ਕੇ ਮੇਰੀ ਇੰਟਰਵਿਊ ਲੈ ਲੈ ਰਹੇ ਹੋ ਇਹ ਵੀ ਲੋਕਾਂ ਦੀ ਹੈ ਜੀ ਜੇ ਅਸੀਂ ਇੱਥੇ ਬੈਠੇ ਆ ਤਾਂ ਸਾਡਾ ਕਰਮ ਵੀ ਇਹੀ ਹੈ ਤੇ ਧਰਮ ਵੀ ਇਹੀ ਹੈ ਕਿ ਲੋਕਾਂ ਦੀ ਸੇਵਾ ਕਰੀਏ ਸੋ ਮੈਂ ਜਲੰਧਰ ਵਾਸੀਆਂ ਦੀ ਜਰੂਰ ਸੇਵਾ ਚਹਾਜਾ ਰਾਂ ਜੀ ਜਦੋਂ ਮਰਜ਼ੀ ਮੇਰੇ ਕੋਲ ਆਉਣ ਮੈਂ ਨੌਕਰਾਂ ਲੋਕਾਂ ਦਾ ਤੇ ਮੈਂ ਕੰਮ ਕਰੂੰਗਾ ਜੀ ਇੱਕ بڑا ਇੰਪੋਰਟੈਂਟ ਕੁਐਸਚਨ ਰਹਿ ਗਿਆ ਜੀ ਕਰਨਾ ਬਹੁਤ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਤੁਹਾਡੀ ਗੱਲਾਂ ਤੋਂ ਵੀ ਤੁਸੀਂ ਉਸ ਚੀਜ਼ ਨੂੰ ਵੀ ਮੈਨੂੰ ਲੱਗਦਾ ਬਹੁਤ ਜਲਦੀ ਇੰਪਲੀਮੈਂਟ ਕਰ ਦਿਓਗੇ ਵੀ ਸਿੰਗਲ ਵਿੰਡੋ ਸਿਸਟਮ ਜਿਹੜਾ ਇੱਥੇ ਬਣਿਆ ਪਰ ਉਹ ਨਹੀਂ ਲੱਗ ਲਾਗੂ ਹੋ ਸਕਿਆ ਜਲੰਧਰ ਇੰਪਰੂਵਮੈਂਟਸ ਦੇ ਵਿੱਚ ਜਗਾ ਬੇਕਾਰ ਪਈ ਰਹੀ ਗਈ ਔਰ ਉਹ ਕਬਾੜ ਬਣ ਗਿਆ ਸਾਰਾ ਔਰ ਕਿਹਾ ਸਿੰਗਲ ਵਿੰਡੋ ਸਿਸਟਮ ਜਲੰਧਰ ਦੀ ਜਨਤਾ ਨੂੰ ਭੇਂਟ ਸਵਰੂਪ ਤੁਸੀਂ ਦੇਣਾ ਚਾਹੋਗੇ ਅਸੀਂ ਜਿੱਧਰ ਨੂੰ ਲੈ ਕੇ ਜਾਵਾਂਗੇ ਜੀ ਉਹਦੇ ਵਿੱਚ ਚਾਹੇ ਸਿੰਗ ਚਾਹੇ ਸਿੰਗਲ ਵਿੰਡੋ ਸਿਸਟਮ ਆ ਚਾਹੇ ਸਿੰਗਲ ਫਾਈਲ ਸਿਸਟਮ ਆ ਤੇ ਮੈਂ ਤਾਂ ਇਹ ਇਹ ਨਿਸ਼ਾਨਾ ਲੈ ਕੇ ਚੱਲਿਆ ਵੀ ਇੱਕ ਵਿਅਕਤੀ ਜਿਹਦੇ ਕੋਲ ਆਵੇ ਉਹਨੂੰ ਹੁਣ ਜੇ ਸਿੰਗਲ ਵਿੰਡੋ ਹੀ ਕਹਿੰਦੇ ਆ ਜਾਂ ਕਿਦਾਂ ਵੀ ਉਹਦੇ ਕੋਲੇ ਸਾਰੇ ਕੰਮ ਹੋ ਜਾ ਕਰਨਗੇ ਜਾਂ ਉਹਨਾਂ ਦੇ ਕੰਮ ਉਹ ਕੀਤੇ ਕਰਾਏ ਘਰ ਪਹੁੰਚ ਜਾ ਕਰਨਗੇ ਆਨਲਾਈਨ ਅਪਲਾਈ ਕਰਾ ਕਰਨਗੇ ਉਸ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਦੇ ਕੋਲ ਘਰ ਸਰਟੀਫਿਕੇਟ ਚਲੇ ਜਾਇਆ ਕਰੇਗਾ ਉਹ ਕੰਮ ਕਰ ਹੋ ਜਾ ਕਰੇਗਾ ਆਫ ਕੋਰਸ ਕੁਝ ਕੰਮ ਰਹਿ ਜਾਣਗੇ ਕਿ ਇਹਨੇ ਰਜਿਸਟਰੀ ਕਰਾਉਣੀ ਆ ਫੋਟੋ ਹੋਣੀ ਆ ਕੁਝ ਇਦਾਂ ਦੇ ਜਿਹੜੇ ਕੰਮ ਹੈ ਉਹ ਰਹਿ ਜਾਣਗੇ ਜਿਹੜੇ ਕੁਆਸੀ ਜੁਡੀਸ਼ੀਅਲ ਹੋਣਗੇ ਲੀਗਲ ਹੋਣਗੇ ਬਾਕੀ ਅਸੀਂ ਹੋਮ ਡਿਲੀਵਰੀ ਤੱਕ ਦਾ ਸਾਡਾ ਟੀਚਾ ਹੈ ਕੱਲਾ ਸਿੰਘ ਕੁਲ ਵਿੰਡੋ ਦੇ ਨਹੀਂ ਹੈ ਬਹੁਤ ਮੈਂ ਕਹੂੰਗਾ ਸਾਫ ਗੋਈ ਦੇ ਨਾਲ ਸੰਘੇੜਾ ਸਾਹਿਬ ਨੇ ਗੱਲਾਂ ਦਸੀਆਂ ਔਰ ਇਹਨਾਂ ਨੇ ਕੋਈ ਵੀ ਗੱਲ ਇਦਾਂ ਦੀ ਨਹੀਂ ਕੀਤੀ ਵੀ ਜਿਹਦੇ ਨਾਲ ਲੱਗੇ ਵੀ ਇਹਨਾਂ ਦਾ ਕੋਈ ਵੀ ਜਸਿੰਦਰ ਗੁਰਮਤੰਟ ٹرسٹ ਨੂੰ ਲੈ ਕੇ ਕੋਈ ਇਹਨਾਂ ਦੇ ਮਨ 'ਚ ਕੋਈ ਨੈਗੇਟਿਵ ਗੱਲ ਹੈ ਇਹਨਾਂ ਦਾ ਇਹੀ ਸੋਚਣਾ ਹੈ ਵੀ ਹੁਣ ਜਿਹੜਾ ਮੇਰਾ ਪਰਿਵਾਰ ਹੈ ਜਲੰਧਰ ਦਾ ਪਰਿਵਾਰ ਹੈ ਉਹ ਹੱਸਦਾ ਵਸਦਾ ਰਹੇ ਔਰ ਜਲੰਧਰ ਇੰਪਰੂਵਮੈਂਟ ਅਸ ਰੰਗਲਾ ਜਿਹੜਾ ਇੰਪਰੂਵਮੈਂਟ ਟਰਸਟ ਬਣ ਜਾਵੇ ਉਸ ਲਈ ਜਿੰਨੇ ਵੀ ਯਤਨ ਹੋਣਗੇ ਇਹ ਤੁਰੰਤ ਪ੍ਰਭਾਵ ਦੇ ਨਾਲ ਕਰਨਗੇ ਔਰ ਜਿਹੜੀਆਂ ਔਕਣਾ ਜਿਹੜੀਆਂ ਦਿੱਕਤਾਂ ਲੋਕਾਂ ਨੂੰ ਪਿਛਲੇ ਕੁਝ ਸਮੇਂ ਚ ਆਈਆਂ ਹਨ ਉਹਨਾਂ ਨੂੰ ਇਹਨਾਂ ਵੱਲੋਂ ਵਾਦਾ ਕੀਤਾ ਗਿਆ ਹੈਗਾ ਵੀ ਜਲਦ ਤੋਂ ਜਲਦ ਦੂਰ ਕੀਤਾ ਜਾਏਗਾ ਔਰ ਇੱਥੇ ਲੋਕਾਂ ਨੂੰ ਆਪਣੇ ਕੰਮਾਂ ਲਈ ਤੱਕੇ ਨਹੀਂ ਖਾਣੇ ਪੈਣਗੇ ਹੋਮ ਡਿਲੀਵਰੀ ਮਿਲੇਗੀ ਔਰ ਇੱਕ ਜੋ ਉਹਨਾਂ ਨੇ ਸੋਚ ਕੇ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਸਰਕਾਰ ਨੂੰ ਉਹਦੇ ਉੱਪਰ ਉਹਨਾਂ ਦੀ ਸੋਚ ਨੂੰ ਆਪਣੀ ਪਾਰਟੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਿੰਘੇੜਾ ਸਾਹਿਬ ਨੇ ਕਿਹਾ ਵੀ ਬਤੌਰ ਜਨੰਦਰ ਇੰਪਰੂਵਮੈਂਟਸ ਦੇ ਚੇਅਰਮੈਨ ਉਹ ਹਰ ਕੋਸ਼ਿਸ਼ ਕਰਨਗੇ ਵੀ ਇਹ ਜਿਹੜਾ ਲੋਕਾਂ ਨੂੰ ਐਕਸਪੀਰੀਅੰਸ ਇੱਥੇ ਬੈਡ ਐਕਸਪੀਰੀਅੰਸ ਹੁੰਦਾ ਸੀ ਉਹ ਗੁੱਡ ਐਕਸਪੀਰੀਅੰਸ ਦੇ ਵਿੱਚ ਕਨਵਰਟ ਹੋ ਜਾਏ ਔਰ ਅਸੀਂ ਵੀ ਉਮੀਦ ਕਰਦੇ ਹਾਂ ਵੀ ਜੋ ਸ਼ਬਦ ਜੋ ਗੱਲਾਂ ਇਹਨਾਂ ਨੇ ਜੋ ਵਾਅਦੇ ਇਹਨਾਂ ਨੇ ਔਨ ਰਿਕਾਰਡ ਔਨ ਕੈਮਰਾ ਕੀਤੇ ਨੇ ਉਹ ਜਲਦੀ ਹੀ ਪੂਰੇ ਹੋਣ ਤਾਂ ਜੋ ਅਸੀਂ ਇੱਕ ਵਾਰ ਮੁੜ ਇਹਨਾਂ ਦੇ ਕੋਲ ਆ ਕੇ ਇਸੇ ਦਫ਼ਤਰ ਦੇ ਵਿੱਚ ਅਸੀਂ ਇਹਨਾਂ ਦੀਆਂ ਜਿਹੜੀਆਂ ਉਪਲਬਧੀਆਂ ਬਤੌਰ ਚੇਅਰਮੈਨ ਜਨਰਲ ਇੰਪਰੂਵਮੈਂਟਸਟ ਉਹਨਾਂ ਨੂੰ ਵੀ ਤੁਹਾਡੇ ਨਾਲ ਸਾਂਝੇ ਕਰ ਸਕੀਏ ਤੁਹਾਨੂੰ ਇਹ ਸਾਡੀ ਜਿਹੜੀ ਗੱਲਬਾਤ ਹੈ ਅਗਰ ਅੱਛੀ ਲੱਗੀ ਹੋਵੇ ਤਾਂ ਤੁਸੀਂ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਗਰ ਤੁਹਾਨੂੰ ਕੋਈ ਪਰੇਸ਼ਾਨੀ ਹੈ ਜਨਰ ਇੰਪਰੂਵਮੈਂਟ ਰਸ ਤੋਂ ਤੁਸੀਂ ਸਾਡੇ नीचे लिखे ਨੰਬਰ ਦੇ ਉੱਪਰ ਸਾਨੂੰ ਵਟਸਐਪ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਚੇਅਰਮੈਨ ਸਾਹਿਬ ਤੱਕ ਤੁਹਾਡੀ ਜਿਹੜੀ ਫਰਿਆਦ ਹੈ ਪਹੁੰਚਾਈਏ ਤਾਂ ਕਿ ਇਹ ਆਪਣੇ ਆਪ ਹੀ ਤੁਹਾਨੂੰ ਡਾਇਰੈਕਟ ਇਹਨਾਂ ਦੇ ਆਫਿਸ ਤੋਂ ਕੰਟੈਕਟ ਕਰਕੇ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਦਿੱਤਾ ਜਾਏ ਤੁਸੀਂ ਦੇਖਦੇ ਰਹੋ ਹੌਟ نیوز ਇੰਡੀਆ ਬਨੇ ਰਹੋ ਸਾਡੇ ਨਾਲ ਅਸੀਂ ਜਲਦੀ ਹੀ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਸਸਕਾਲ ਨਮਸਕਾਰ